ਵੀ ਨਹੀਂ ਆਉਂਦੇ। ਇੱਥੇ ਜ਼ਿਆਦਾ ਸੋਹਣੀ ਫੋਟੋ ਆਉਣੀ ਹੈ। ਕਿੰਨੇ ਸੋਹਣੇ ਲੱਗਣ ਦੇ ਆ ਬਾਹਰ ਆ ਕੇ ਨਾ, ਫੋਟੋ ਬੜੀ ਸੋਹਣੀ ਆਉਂਦੀ ਹੈ। ਨਾ ਫੋਟੋਆਂ ਹੀ ਖਿੱਚੀ ਜਾਣੀਆਂ, ਕੋਈ ਕੰਮ ਧੰਦਾ ਵੀ ਕਰਨਾ ਹੈ? ਬਾਹਰ ਆ ਕੇ ਫੋਟੋਆਂ ਚੰਗੀਆਂ ਆਉਂਦੀਆਂ, ਅੰਦਰ ਕੰਮ ਜਿਹੜਾ ਪਿਆ ਵਾ ਉਹ ਨਹੀਂ ਚੰਗਾ। ਮੰਮੀ ਤੁਹਾਨੂੰ ਕੰਮ ਦੀ ਪਈ ਰਹਿੰਦੀ ਆ, ਆ ਵੇਖੋ ਤੇ ਸਹੀ ਕਿੰਨੀਆਂ ਵਧੀਆ ਫੋਟੋ ਆਉਂਦੀਆਂ, ਇੱਕ ਅੱਧੀ ਤੁਸੀਂ ਵੀ ਖਿਚਾ ਲਓ। ਨਾ ਮੈਂ ਨਹੀਂ ਖਿਚਾਉਂਦੀ, ਵੇਖਣਾ ਕੀ ਆ, ਇਹ ਤਾਂ ਰੋਜ਼ ਹੁੰਦਾ, ਰੋਟੀ ਪਕਾ ਚੱਲ ਕੇ, ਰੋਟੀ ਦਾ ਕੰਮ ਕਰ, ਉਹ ਅੱਧੀ ਰਾਤ ਨੂੰ ਕਰਨਾ ਹੀ। ਫੋਟੋ ਨੇ ਤਾਂ ਫੋਟੋਆਂ ਦੀ ਪਈ ਦੀ, ਪਤਾ ਨਹੀਂ ਰੱਜ ਦੀ ਨਹੀਂ ਫੋਟੋਆਂ ਤੋਂ, ਇਹ ਚੱਲ ਚੱਲ ਕੇ ਕੰਮ ਕਰ। ਤੁਹਾਨੂੰ ਰੋਟੀ ਦੀ ਪਈ ਰਹਿੰਦੀ ਆ ਤੇ ਖਾਣੀ ਨਹੀਂ ਜੇ? ਖਾਣੀ ਤਾਂ ਹੈਗੀ ਆ, ਕੋਈ ਨਹੀਂ ਅੱਜ ਬਾਜ਼ਾਰੋਂ ਆਰਡਰ ਕਰ ਲੈਂਦੇ ਹਾਂ, ਫਿਰ ਮੁੰਡਾ ਕਾਲਾ ਪਊਗਾ ਫਿਰ ਚੰਗੀ ਰਹੇਗੀ। ਆਏ ਹਾਏ ਪੈਣ ਦਿਓ ਕਾਲੇ, ਤੁਸੀਂ ਟੈਨਸ਼ਨ ਨਾ ਲਓ, ਮੈਂ ਨਾ ਸਵੀਗੀ ਤੋਂ ਆਰਡਰ ਕਰ ਦਿੰਦੀ। ਆਰਡਰ ਹੀ ਕਰਦੀ ਰਿਹਾ ਕਰ, ਘਰ ਨਾ ਪਕਾਵੀ, ਕੰਮ ਨਾ ਕਰੀ। ਗੱਲ ਤਾਂ ਸੁਣੋ ਮੇਰੀ, ਇੱਕ ਮਿੰਟ ਸੁਣੋ। ਗੱਲ ਕੀ ਸੁਣਨੀ ਹੈ? ਤਾਂ ਫੋਟੋਆਂ ਤਾਂ ਤੂੰ ਖਿੱਚਣ ਰਹੀ ਹੈ, ਇਹਨਾਂ ਨੂੰ ਕਦੀ ਪਾਣੀ ਵੀ ਦਿੱਤਾ ਹੀ? ਪਾਣੀ ਦੇ ਲੈ ਇਹਨਾਂ ਨੂੰ। ਉਹ ਯਾਰ ਤਾਂ ਵੀ ਮੈਂ ਸਮਝਿਆ ਕੋਈ ਕੰਮ ਕਰਨ ਡਈ ਹੈ, ਫੋਟੋਆਂ ਲੱਗੀ ਰਹਿੰਦੀ ਹੈ। ਪਾਣੀ ਪਾਣੀ ਮੈਂ ਦੇਵਾਂ, ਉਹ ਤੁਹਾਨੂੰ ਪਤਾ ਸਾਡੇ ਪੈ ਗਏ ਜਿੱਥੇ ਮਾਲੀ ਲੱਗੇ ਸੀ ਉਹ ਵੀ ਦੋ ਦੋ, ਅਤੇ ਮੈਂ ਪਾਣੀ ਦੇਵਾਂ? ਇੰਨੀ ਗਰਮੀ ਮੈਂ ਨਹੀਂ ਦਿੰਦੀ ਪਾਣੀ ਪੁਣੀ। ਦੱਸ ਜੇ ਆਪਾਂ ਫੋਟੋਆਂ ਖਿੱਚ ਸਕਦੇ ਹਾਂ, ਸ਼ੌਂਕ ਪੂਰੇ ਕਰ ਸਕਦੇ ਹਾਂ, ਤਾਂ ਪਾਣੀ ਵੀ ਦੇ ਸਕਦੇ, ਕੁਛ ਨਹੀਂ ਹੋਇਆ। ਇੱਥੇ ਨਹੀਂ ਕੋਈ ਮਾਲੀ ਮੂਲੀ ਲੱਗਾ, ਇੱਥੇ ਆਪਾਂ ਹੀ ਕਰਨਾ ਪੈਂਦਾ ਸਾਰਾ ਕੁਛ। ਤੁਹਾਨੂੰ ਨਾ ਸਮਝਾਉਣਾ ਹੀ ਪਾਪ ਆ। ਲੈ ਚੰਗੀ ਗੱਲ ਕਹੋ ਤਾਂ ਪਾਪ ਹੈ, ਤੁਸੀਂ ਜੋ ਕਰਦੀਆਂ ਚੰਗਾ ਕਰਦੀਆਂ ਜੀ, ਕਰਦੀਆਂ ਰਿਹਾ ਕਰੋ। ਅਤੇ ਇੱਕ ਹੋਰ ਗੱਲ ਸੁਣੋ ਮੇਰੀ, ਆਹ ਵੇਖੋ। ਹਾਂ ਕੀ ਆ ਇਹਨੂੰ ਜੂੰਡੇ ਜਿਹਾ ਨੂੰ ਕੀ ਹੋਇਆ? ਉਹ ਹੋਇਆ ਤਾਂ ਕੁਛ ਨਹੀਂ ਆ ਮਾਤਾ, ਤਿੰਨ ਚਾਰ ਮਹੀਨੇ ਹੋ ਗਏ ਆ, ਤੁਹਾਨੂੰ ਪਤਾ ਤਾਂ ਹੈਗਾ ਕਲਰ ਕਰਵਾਇਆ ਸੀ, ਆ ਕਲਰ ਵੇਖੋ ਫੇਂਟ ਫੇਂਟ ਜਿਹਾ ਨਹੀਂ ਹੋ ਗਿਆ? ਇਹ ਫੇਂਟ ਨਹੀਂ ਹੋ ਗਿਆ, ਇਹ ਵਾਲ ਹੀ ਖਰਾਬ ਹੋ ਗਏ, ਇਹ ਜਿਹੜੇ ਉਹਨਾਂ 'ਚ ਕੈਮੀਕਲ ਪਏ ਹੁੰਦੇ ਉਹਨਾਂ ਨਾਲ ਵਾਲ ਖਰਾਬ ਹੋ ਜਾਂਦੇ ਆ। ਉਹ ਤੁਹਾਨੂੰ ਕਿੰਨੇ ਕਹਿਤਾ, ਪਤਾ ਕੀ ਕਰਦੀ, ਮੇਰੇ ਵਾਲ ਖਰਾਬ ਹੋ ਗਏ ਨਾ, ਰਿਬੋਂਡਿੰਗ ਕਰਾ ਲੈਂਦੀ ਹਾਂ। ਭਾਵੇਂ ਰਿਬੋਂਡਿੰਗ ਕਰਾ, ਭਾਵੇਂ ਜੋ ਮਰਜ਼ੀ ਕਰਾ, ਇਹ ਇਸ ਤਰ੍ਹਾਂ ਦੇ ਹੀ ਰਹਿਣੇ, ਹੁਣ ਕੁਛ ਦੇਰ ਬਾਅਦ ਜਾ ਕੇ ਚੰਗੇ ਹੋਣੇ ਆ। ਉਹ ਇਸ ਤਰ੍ਹਾਂ ਨਹੀਂ ਹੁੰਦਾ ਮੰਮੀ, ਉਹ ਮੈਂ ਤਾਂ ਕਲਰ ਵੀ ਕਰਵਾਉਣਾ ਵਾ, ਅਤੇ ਮੈਂ ਸਮੂਦਨਿੰਗ ਵੀ ਕਰਾਉਣੀ ਆ। ਕਲਰ ਤਾਂ ਮੈਂ ਪੱਕਾ ਕਰਾਉਣਾ ਹੀ ਹੈ, ਮੈਂ ਥੋੜ੍ਹੇ ਦਿਨਾਂ 'ਤੇ ਪੇਕੇ ਜਾਣਾ ਨਾ, ਕਲਰ ਤਾਂ ਮੈਂ ਕਰਵਾ ਕੇ ਹੀ ਰਹਿਣਾ ਵਾ। ਕਲਰ ਕਰਵਾ ਕੇ ਜ਼ਿਆਦਾ ਸੋਹਣੀ ਲੱਗੇਗੀ ਤਾਂ ਪੇਕੇ ਜਾਣਾ, ਅਤੇ ਹੋਰ ਉਹਨਾਂ ਨੂੰ ਨਹੀਂ ਵਿਖਾਉਣਾ? ਦੱਸ ਉਹ ਨਾਲੇ ਜਦੋਂ ਮੈਂ ਪੇਕੇ ਹੁੰਦੀ ਸੀ ਨਾ, ਹਰ ਹਫ਼ਤੇ ਮੈਂ ਸਪਾ ਕਰਵਾਉਂਦੀ ਹੁੰਦੀ ਸੀ। ਮੇਰੀ ਸੁਣ ਲਾ ਗੱਲ, ਮੈਂ ਤੈਨੂੰ ਕਲਰ ਕੁਲਰ ਕੁਛ ਨਹੀਂ ਉਹ ਕਰਾਉਣ ਦੇਣਾ, ਮੇਰੀ ਸੁਣ ਲਾ, ਮੈਂ ਇਹੀ ਕਹਿਣਾ ਹੀ ਕਰਾਉਣਾ ਨਹੀਂ ਉਹ, ਬਿਲਕੁਲ ਨਹੀਂ ਕਰਾਉਣਾ, ਮੇਰੀ ਇਹੋ ਗੱਲ ਹੀ, ਫਿਰ ਨਾ ਮੈਨੂੰ ਕਹੀਂ। ਕੰਜੂਸ ਹੀ ਪੱਲੇ ਪੈ ਗਈ ਆ, ਦੱਸ ਉਹ ਮੈਂ ਤਾਂ ਕਰਵਾ ਕੇ ਹੀ ਰਹਿਣਾ ਕਲਰ, ਕੋਈ ਨਹੀਂ ਇਹਨਾਂ ਨੂੰ ਕਹਿੰਦੀ ਹਾਂ ਮੈਂ, ਏਡਾ ਕੀ ਆ, ਕਿੰਨੇ ਕੁ ਪੈਸੇ ਲੱਗ ਜਾਣਗੇ, ਮੈਂ ਤਾਂ ਕਰਵਾ ਕੇ ਹੀ ਰਹਿਣਾ। ਮੈਂ ਤਾਂ ਮਨਾ ਕਰਤਾ ਵਾ, ਮਗਰ ਕਰਨੀ ਇਹਨਾਂ ਨੇ, ਆਪਣੀ ਮਰਜ਼ੀ ਆ, ਕੋਈ ਗੱਲ ਨਹੀਂ ਕਰਨ ਦੇ, ਲਾਹਣ ਦੇ ਵਾਲਾਂ ਦੀ ਡੰਡ ਲੱਥ ਦੀ ਅਤੇ ਲੱਥਣ ਦੇ, ਮੇਰੇ ਕਿਹਾ ਕੀ ਹੋਊਗਾ, ਜੋ ਕਰਦੀਆਂ ਕਰਨ। ਮੰਮੀ ਮੈਂ ਨਾ ਜ਼ਰਾ ਚੱਲੀ ਹਾਂ। ਕਿੱਥੇ? ਤੁਹਾਨੂੰ ਦੱਸਿਆ ਤਾਂ ਇਹੀ ਹੁਣੇ, ਇੱਕ ਤਾਂ ਮੈਂ ਵਾਲ ਕਲਰ ਕਰਵਾ ਲਵਾਂ, ਇੱਕ ਥੋੜ੍ਹਾ ਜਿਹਾ ਮੈਨੂੰ ਕੰਮ ਵੀ ਹੈਗਾ ਵਾ। ਮੈਂ ਤਾਂ ਤੈਨੂੰ ਕਲਰ ਕਰਾਉਣ ਤੋਂ ਮਨਾ ਕੀਤਾ, ਤਾਂ ਕੰਮ ਕਿਹੜਾ ਹੈਗਾ ਹੁਣ? ਉਹ ਯਾਰ ਥੋੜ੍ਹਾ ਜਿਹਾ ਸਮਾਨ ਵਗੈਰਾ ਲਿਆਉਣਾ, ਅਤੇ ਤੁਸੀਂ ਇਹ ਦੱਸੋ ਮੈਂ ਜਾਵਾਂ ਕਿਤੇ? ਰਿਕਸ਼ੇ 'ਚ ਚਲ ਜਾ ਜਾਂ ਆਟੋ 'ਚ ਚਲ ਜਾ, ਔਰ ਕਾਹਤੇ ਜਾਣਾ ਹੀ, ਥ੍ਰੀ ਵੀਲਰ 'ਤੇ ਚਲ ਜਾ। ਆਟੋ 'ਚ ਤੋਰ ਮੈਂ, ਤੋਰ ਮੈਂ ਜਾਣਾ, ਤੂੰ ਜਾਣਾ ਤਾਂ ਤੂੰ ਹੀ ਜਾਏਂਗੀ। ਉਹ ਮੰਮੀ ਇਹ ਵੇਖੋ ਮੈਂ ਆਟੋ 'ਚ ਜਾਵਾਂ, ਉਹ ਆਪਣੇ ਪੇਕਿਆਂ ਦੇ ਵਿੱਚ ਤਾਂ ਮੈਂ ਗੱਡੀ ਦੇ ਥੱਲੇ ਪੈਰ ਨਹੀਂ ਰੱਖਦੀ ਸੀ,
ਤੇ ਤੁਸੀਂ ਮੈਨੂੰ ਕਹਿੰਦੇ ਜੇ ਮੈਂ ਆਟੋ ਦੇ ਵਿੱਚ ਜਾਵਾਂ, ਗਰਮੀ ਪਤਾ ਕਿੰਨੀ ਪੈਂਦੀ ਆ ਬਾਹਰ? ਆਟੋ 'ਚ ਹਵਾ ਲੱਗਦੀ ਹੁੰਦੀ ਜਾਈਏ ਤਾਂ, ਜੇ ਚੱਲਦਾ ਹੁੰਦਾ ਤਾਂ ਫਿਰ ਹਵਾ ਲੱਗਦੀ ਆ। ਮਤਲਬ ਕਿ ਤੁਸੀਂ ਨਹੀਂ ਮੰਨਣਾ ਹਨਾ? ਨਾ, ਤੂੰ ਕੀ ਮਨਾਉਣਾ ਕੀ ਚਾਹੁੰਦੀ ਹੈ ਦੱਸ। ਮੈਂ ਇਹ ਮਨਾਉਣਾ ਚਾਹੁੰਦੀ ਹਾਂ, ਸਭ ਤੋਂ ਸੌਖਾ ਕੰਮ ਕਰਦੇ ਹਾਂ, ਮੈਂ ਨਾ ਕੈਬ ਹੀ ਬੁੱਕ ਕਰ ਲੈਂਦੀ ਹਾਂ। ਵੈਸੇ ਵੀ ਤੁਹਾਨੂੰ ਪਤਾ ਤਾਂ ਆ, ਬੂਹੇ ਦੇ ਬਾਹਰ ਆ ਜਾਂਦੀ ਆ, ਇੱਥੋਂ ਹੀ ਪਿੱਕ ਕਰਕੇ ਜਾਊਗੀ ਅਤੇ ਇੱਥੋਂ ਹੀ ਮੈਨੂੰ ਛੱਡ ਕੇ ਜਾਊਗੀ। ਤੁਸੀਂ ਵੀ ਇਤਨਾ ਹੀ ਕਰਿਆ ਕਰੋ, ਜਦੋਂ ਕਿਤੇ ਆਉਣਾ ਜਾਣਾ ਹੁੰਦਾ ਨਾ, ਕੈਬ ਬੁੱਕ ਕਰ ਲਿਆ ਕਰੋ। ਤੇਰੇ ਵਰਗਾ ਦਿਮਾਗ ਨਹੀਂ ਮੇਰਾ ਅਜੇ ਖਰਾਬ ਹੋਇਆ, ਜਦੋਂ ਹੋਊਗਾ ਨਾ ਉਦੋਂ ਮੈਂ ਤੇਰੇ ਉਂ ਕਰੂੰਗੀ। ਮੈਂ 10 ਰੁਪਈਏ ਆਟੋ ਵਾਲੇ ਨੂੰ ਦੇਣਾ ਅਤੇ ਮੈਂ ਚਲੀ ਜਾਣਾ, 10 ਉਧਰੋਂ ਦੇਣੇ ਤਾਂ ਘਰ ਆ ਜਾਣਾ, ਅਤੇ 300 ਰੁਪਈਆ ਉਹਨੇ ਲੈ ਲੈਣਾ ਕੈਪ ਵਾਲੇ ਨੇ, ਵੱਡੀ ਕੈਪ ਲਈ ਫਿਰਦੇ ਨੇ। ਮਤਲਬ ਕਿ ਤੁਸੀਂ ਇਤਰਾ ਹੀ ਰਹਿਣਾ ਵਾ? ਲੈ, ਇਤਰਾ ਰਹਿਣ ਦੀ ਮਤਲਬ ਜਾਣਾ ਆਉਣਾ ਕਰਨਾ, ਜਿੱਥੇ ਸੌਖਾ ਉੱਥੇ ਜਾਓ, ਜਿੱਥੇ ਥੋੜ੍ਹੇ ਪੈਸੇ ਲੱਗਦੇ ਉੱਥੇ ਜਾਓ। ਚਲੋ ਛੱਡੋ, ਮੰਮੀ ਤੁਸੀਂ ਮੈਨੂੰ ਪੁੱਛਿਆ ਨਹੀਂ ਮੈਂ ਕਿੱਥੇ ਚੱਲੀ ਹਾਂ, ਕੀ ਕਰਨ ਚੱਲੀ ਹਾਂ। ਤੁਸੀਂ ਦੱਸੋਗੇ ਤਾਂ ਮੈਨੂੰ ਪਤਾ ਲੱਗੂਗਾ, ਦੱਸਿਆ ਤੂੰ ਮੈਨੂੰ। ਸੁਣੋ, ਉਹ ਆਏ ਨਹੀਂ ਸੀ ਮੇਰੇ ਪੇਕੇ ਪਿੱਛੇ ਜੇ? ਆਹੋ, ਅਤੇ ਉਹ ਮੈਨੂੰ ਪੈਸੇ ਦੇ ਕੇ ਗਏ ਸੀ, 10,000 ਰੁਪਈਆ। 10,000? ਮੇਰੇ ਸਾਹਮਣੇ ਤਾਂ ਉਹਨਾਂ ਕੋਈ ਤੈਨੂੰ ਪੈਸਾ ਨਹੀਂ ਦਿੱਤਾ। ਉਹ ਮੰਮੀ ਤੁਹਾਡੇ ਸਾਹਮਣੇ ਨਹੀਂ ਦਿੱਤੇ, ਉਹਨਾਂ ਨੇ ਮੈਨੂੰ ਮੰਮੀ ਨੇ ਵੱਖਰੇ ਦੇ ਦਿੱਤੇ ਸੀ ਪੈਸੇ। ਜਾਣ ਲੱਗਿਆ ਦਿੱਤੇ? ਹਾਂਜੀ ਹਾਂਜੀ, ਜਾਣ ਲੱਗਿਆ। ਚਲੋ ਠੀਕ ਹੈ, ਅਤੇ ਮੈਂ ਉਹਦੀ ਬਸ ਥੋੜ੍ਹੀ ਜਿਹੀ ਸ਼ੋਪਿੰਗ ਕਰਕੇ ਆਉਣੀ ਆ, ਸੂਟ ਲੈ ਕੇ ਆਉਣੇ ਆ ਅਤੇ 1-2 ਸਲਿੱਪਰ ਲੈ ਕੇ ਆਵਾਂਗੀ। ਉਹ 10,000 ਤਾਂ ਵਾਧੂ ਸੂਟ ਆ ਜਾਣੇ, ਵਾਧੂ ਸਮਾਨ ਆ ਜਾਣਾ ਉਹਦਾ ਤਾਂ। ਵਾਧੂ? ਹੋਰ ਕਿੰਨੇ ਸੂਟ ਆ ਜਾਣੇ ਆ? ਉਹ ਮੰਮੀ ਕਿਹੜੇ ਜ਼ਮਾਨੇ 'ਚ ਤੁਸੀਂ ਰਹਿੰਦੇ ਜੇ, ਉਹ 1 ਸੂਟ 3,000-3,500 ਰੁਪਏ ਦਾ ਹੁੰਦਾ ਵਾ, ਅਤੇ ਤੁਸੀਂ ਕਹਿੰਦੇ ਜੇ ਵਾਧੂ ਸੂਟ ਆ ਜਾਣੇ ਆ। ਤਾਂ ਤੂੰ 1,000 ਵਾਲਾ ਲੈ ਆਵੀਂ, 850 ਵਾਲਾ ਲੈ ਆਵੀਂ, ਕੋਈ ਜ਼ਰੂਰੀ 3,000 ਵਾਲਾ ਹੀ ਲਿਆਉਣਾ? 800,000? ਹੋਰ ਉਹ ਕਿਹੜੇ ਸੂਟ ਆ ਜਾਂਦੇ? ਆ ਵੇਖਾ, ਮੰਮੀ ਤਾਂ ਪਾਇਆ ਮਾੜੇ ਆ, ਆ ਕੀ ਹੋਇਆ ਇਹਨਾਂ ਨੂੰ, ਕਿੱਡੇ ਸੋਹਣੇ ਸੂਟ ਆ। ਆ ਸੋਹਣੇ ਆ? ਹੋਰ ਉਹ ਇਹੋ ਜਿਹੇ ਸੂਟ ਨਾ ਤੁਸੀਂ ਪਾਓ, ਮੈਨੂੰ ਨਹੀਂ ਇਸ ਤਰ੍ਹਾਂ ਦੇ ਪਸੰਦ ਹੈਗੇ, ਪਤਾ ਨਹੀਂ ਕਿਸ ਤਰ੍ਹਾਂ ਦੀ ਤੁਹਾਡੀ ਪਸੰਦ ਹੋਈ ਜਾਂਦੀ ਆ। ਤੁਸੀਂ ਕਿਸੇ ਦੇ ਨਾ ਮੇਰੇ ਨਾਲ ਚੱਲਿਓ, ਫਿਰ ਮੈਂ ਦੱਸਾਂਗੀ ਕਿ ਕਿਤਨਾ ਸੂਟ ਲਈਦੇ ਆ। ਤੂੰ ਮੇਰੀ ਪਸੰਦ ਵਾਲੇ ਪਾਉਣੇ ਨਹੀਂ ਨਾ, ਤੇਰੀ ਮਰਜ਼ੀ ਹੈ, ਫਿਰ ਜੋ ਲਿਆਉਣਾ ਲੈ ਆਵੀਂ, ਮੇਰੇ ਲਈ ਵੀ ਲੈ ਆਵੀਂ ਫਿਰ 1 ਸੂਟ, ਮੇਰੇ ਲਈ ਵੀ ਲੈ ਆਵੀਂ। ਆਹੋ ਚੱਲ ਕੋਈ ਨਹੀਂ, ਲੈ ਆਵਾਂਗੀ ਤੁਹਾਡੇ ਲਈ ਵੀ। ਲਿਆਓ ਤੁਸੀਂ ਆਪਣੀ ਪਸੰਦ, ਫਿਰ ਤੁਹਾਡੀ ਪਸੰਦ ਵੱਖਰੀ ਆ, ਅਤੇ ਉਸੇ ਪਸੰਦ ਆ ਮੇਰਾ ਵੀ, ਲੈ ਆਵੀਂ 1। ਜਾਓ ਫਿਰ। ਮੈਂ ਚੱਲੀ ਹਾਂ ਫਿਰ। ਚੱਲੀ ਹੈ ਤਾਂ ਜਾ, ਉਹ ਨਹੀਂ ਮੈਂ ਕਹਿੰਦੀ, ਮਗਰ ਥੋੜ੍ਹੇ ਬਹੁਤੇ ਪੁੱਤ ਪੈਸੇ ਜੋੜ ਕੇ ਰੱਖਿਆ ਕਰ, ਕਿਸੇ ਵੇਲੇ ਕੰਮ ਹੁੰਦੇ ਆ। ਤੂੰ ਉਜਾੜੀ ਜਾਣੀ, ਸੂਟ ਤਾਂ ਤੇਰੇ ਕੋਲ ਵਾਧੂ ਆ, ਸੂਟ ਕੀ ਕਰਨ ਨੂੰ ਲਿਆਉਣੀ, ਲਿਆਉਣਾ ਤਾਂ 1 ਲੈ ਆ, ਅਤੇ ਬਾਕੀ ਪੈਸੇ ਸਾਂਭ ਕੇ ਰੱਖ, ਕੰਮ ਆਉਣਗੇ। ਮੰਮੀ ਤੁਸੀਂ ਨਾ ਬਸ ਲੈਕਚਰ ਹੀ ਦਿੰਦੇ ਰਿਹਾ ਕਰੋ, ਮੈਂ ਚੱਲੀ ਹਾਂ, ਮੇਰੀ ਕੈਬ ਵੀ ਆਉਣ ਵਾਲੀ ਆ। ਚਲੋ ਤੁਸੀਂ ਕਰਨੀ ਆਪਣੀ ਮਰਜ਼ੀ ਹੈ, ਜਾਓ ਫਿਰ ਨਾ ਮੈਨੂੰ ਪੁੱਛਿਆ ਕਰੋ ਕੁਛ ਵੀ, ਕਰਦੀਆਂ ਰਿਹਾ ਕਰੋ ਆਪੋ ਆਪਣੀ ਮਰਜ਼ੀ, ਐਵੇਂ ਮੰਮੀ ਜੀ ਕਰਦੀਆਂ ਰਹਿੰਦੀਆਂ ਵਾ, ਕਰਨੀ ਆਪਣੀ ਮਰਜ਼ੀ ਆ, ਫਿਰ ਮੰਮੀ ਨੂੰ ਕਿਉਂ ਵਿੱਚ ਪਾਉਂਦੀਆਂ ਜੇ। ਕੌਣ ਹੈ? ਕਿਰਨ। ਆ ਜਾਓ ਭੈਣ ਜੀ, ਆ ਜਾਓ, ਬੂਹਾ ਖੁੱਲ੍ਹਾ ਹੀ ਆ, ਆ ਜਾਓ ਆ ਜਾਓ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਮੈਂ ਆਵਾਜ਼ ਪਛਾਣ ਲਈ, ਮੈਂ ਭੈਣ ਜੀ ਆਉਣ ਡੇ ਲੱਗਦਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹਿ ਜਾਓ। ਪਾਣੀ ਲਿਆਵਾਂ ਜੀ? ਨਾ ਨਾ ਭੈਣ ਜੀ, ਪਾਣੀ ਨਹੀਂ ਪੀਣਾ, ਆ ਰਾਹ 'ਚ ਛਬੀਲ ਲੱਗੀ ਸੀ ਅਤੇ ਮੈਂ ਪੀ ਲਈ, ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਲੋਕਾਂ ਨੇ ਲਾਇਆ ਤਾਂ ਮੈਂ ਪੀ ਲੈਂਦੀ ਹਾਂ। ਹੈਂ, ਹੋਰ ਸੁਣਾਓ ਤੁਸੀਂ? ਵਧੀਆ। ਨਾਲੇ ਜਿਹੜੇ ਆਟੋ 'ਚ ਆਈ ਆ ਨਾ, ਆਟੋ ਵਾਲਾ ਵਿਚਾਰਾ ਕਹਿਣ ਡਿਆ ਸੀ, ਕਹਿੰਦਾ ਭੈਣ ਜੀ ਜੇ ਤੂੰ ਕਹਿੰਦੇ ਮੈਂ ਛਬੀਲ ਪੀ ਲਾਂ, ਮੈਂ ਕਿਹਾ ਪੁੱਤ ਪੀ ਲਾਂ, ਮਿੱਠਾ ਜਲ ਹੀ ਹੈ। ਹੋਰ ਤੁਸੀਂ ਸੁਣਾਓ? ਮੈਂ ਠੀਕ ਹੈ ਭੈਣ ਜੀ, ਤੁਸੀਂ ਸੁਣਾਓ? ਕਿਰਨ ਕਿੱਥੇ ਹੈਗੀ ਆ? ਇੱਥੇ ਹੀ ਕਿਰਨ, ਤੁਸੀਂ ਦੱਸੋ ਪਰੇਸ਼ਾਨ ਕਿਉਂ ਹੋਈ ਨੇ ਤੁਸੀਂ, ਕੀ ਪ੍ਰੋਬਲਮ ਹੈ? ਕੁਛ ਨਹੀਂ ਭੈਣ ਜੀ। ਪੁੱਛ ਤਾਂ ਹੈਗੀ ਦੀਦੀ, ਦੱਸੋ, ਲੜਾਓ ਲਕਾਓ ਨਾ। ਨਹੀਂ ਭੈਣ ਜੀ,
ਕਿਰਨ ਕਿੱਥੇ? ਜੇ ਅੰਦਰ ਹੈਗੀ ਤਾਂ ਬੁਲਾ ਦਿਓ ਉਹਨੂੰ। ਨਹੀਂ, ਜਰਾ ਕੋ ਬਾਜ਼ਾਰ ਨੂੰ ਗਏ ਜੇ, ਆ ਜਾਂਦੇ ਹੁਣੇ। ਬਾਜ਼ਾਰ ਗਈ ਹੈ? ਹਾਂਜੀ। ਦਾਦੀ ਉਹ ਫੋਨ ਨਹੀਂ ਸੀ ਚੁੱਕਣ ਡਈ, ਮੈਂ ਉਹਨੂੰ ਕਿੰਨਾ ਫੋਨ ਕੀਤਾ, ਫਿਰ ਮੈਂ ਕਿਹਾ ਚੱਲ ਘਰੇ ਚੱਲ ਜਾਂਦੀ, ਕੰਮ ਕਾਰ ਲੱਗੀ ਹੋਣੀ ਕਿਤੇ। ਨਹੀਂ ਨਹੀਂ, ਬਾਜ਼ਾਰ ਗਈ ਹੁਣੇ ਆ ਜੇ। ਤੁਸੀਂ ਦੱਸੋ ਪ੍ਰੋਬਲਮ ਕੀ ਤੁਹਾਨੂੰ, ਕਿਉਂ ਇੰਨੇ ਘਬਰਾਏ ਹੋਏ ਹੋ? ਭੈਣ ਜੀ ਦੱਸੋ ਕੀ ਦੱਸਾਂ, ਤੁਹਾਡੇ ਕੋਲ ਕਿਸੇ ਗੱਲ ਤਾਂ ਓਹਲਾ ਥੋੜ੍ਹਾ ਜੇ। ਨਹੀਂ ਅਸੀਂ ਭੈਣਾ ਭੈਣਾ ਓਹਲਾ ਕਿਉਂ ਰੱਖਣਾ? ਭੈਣ ਜੀ ਤੁਹਾਨੂੰ ਪਤਾ ਮੁੰਡੇ ਦਾ ਵਿਆਹ ਕਿਤੇ ਨੂੰ ਸਾਲ ਹੋਇਆ, ਭੈਣ ਜੀ ਨੂੰ ਬੜਾ ਹੀ ਖਰਚ ਕਰਦੀ ਜੇ, ਕੋਈ ਚੀਜ਼ ਸਾਂਭ ਕੇ ਰੱਖਦੀ। ਬਸ ਜੇ ਕੋਈ ਸੂਟ ਵਹਿੰਦੀ ਆ, ਮਹਿੰਗਾ ਸਸਤਾ ਸੂਟ ਨਹੀਂ ਵਹਿੰਦੀ, ਬਸ ਮੁੰਡੇ ਦੀ ਜਾਨ ਖਾ ਜਾਂਦੀ ਹੈ ਕਿ ਮੈਨੂੰ ਅਬੇ ਹੀ ਚੀਜ਼ ਲਿਆ ਕੇ ਦੇ, ਮੁੰਡਾ ਲਿਆ ਕੇ ਦਿੰਦਾ। ਤੁਹਾਨੂੰ ਪਤਾ ਭੈਣ ਜੀ ਦੁਕਾਨ ਸਾਡੀ ਕਿੰਨੀ ਕੁ ਚੱਲਦੀ ਹੈਗੀ ਕਿਤੇ, ਹੈ ਨਾ? ਅੱਜ ਕੱਲ੍ਹ ਜਿਸ ਹਿਸਾਬ ਨਾਲ ਮਹਿੰਗਾਈ ਆ, ਰਾਤ ਨੂੰ ਰੋਟੀ ਖਾ ਕੇ ਸੌਂ ਜਾਈਏ ਭੈਣ ਜੀ, ਇੰਨਾ ਹੀ ਬੜਾ ਹੈਗਾ ਜੀ, ਬਹੁਤ ਹੈ। ਫਿਰ ਮੁੰਡੇ ਨੇ ਕਮੇਟੀ ਪਾਈ ਸੀ 5 ਲੱਖ ਦੀ, ਉਹ ਚੁੱਕ ਕੇ ਤੇ ਕੰਦੀ ਆ, ਪਿੱਛੇ ਜਿਹੜਾ ਜਨਮ ਦਿਨ ਮਨਾਇਆ ਸੀ ਨਾ ਉਹਦਾ, ਤੇ ਭੈਣ ਜੀ ਉਹ ਕਮੇਟੀ ਚੁੱਕ ਕੇ ਮਨਾਇਆ, ਉਹ ਕਮੇਟੀਆਂ ਹੁਣ ਮੁੰਡੇ ਕੋਲ ਤਰਨ ਨਹੀਂ ਡਈਆਂ। ਹੁਣ ਭੈਣ ਜੀ ਉਹਨੇ ਘਰ 'ਚ ਕਲੇਸ਼ ਇੰਨਾ ਪਾਇਆ ਜੇ, ਕਹਿੰਦੀ ਆ ਦੁਕਾਨ ਵੇਚ ਕੇ ਨਾ ਤੇ ਵੱਡਾ ਸ਼ੋਅਰੂਮ ਖੋਲ੍ਹ ਭੈਣ ਜੀ, ਤੇ ਮੁੰਡਾ ਮੇਰਾ ਕਲਪਣ ਡਿਆ ਕਿ ਮੈਂ ਕਿੱਥੋਂ ਸ਼ੋਅਰੂਮ ਲਵਾਂ ਤੇ ਦੁਕਾਨ ਵੀ ਉਹ ਵੇਚ ਬੈਠਾ ਜੇ। ਚਲੋ ਤੂੰ ਪੈਸਾ ਕੀ ਕੀਤਾ? ਪੈਸਾ ਬਸ ਭੈਣ ਜੀ ਐਵੇਂ, ਭੈਣ ਜੀ ਜਦੋਂ ਕਮੇਟੀ ਚੁੱਕੀ ਸੀ ਉਹ 5 ਲੱਖ ਰੁਪਏ ਦੀ ਕਮੇਟੀ ਸੀ, ਕਮੇਟੀ ਮੁੰਡੇ ਕੋਲ ਤਰਨ ਨਹੀਂ ਡਈ, ਉਹ ਫਿਰ ਕੀ ਆ ਕਮੇਟੀ 'ਚ ਕੁਝ ਪੈਸੇ ਦੇ ਤੇ ਕੁਝ ਘਰ ਦਾ ਖਰਚਾ ਕਰਨ ਲੱਗ ਪਏ, ਰਿਸ਼ਤੇਦਾਰੀਆਂ ਨਹੀਂ ਉਹਦੀਆਂ ਮੁੱਕਦੀਆਂ ਭੈਣ ਜੀ। ਬਸ ਇਸ ਤਰ੍ਹਾਂ ਕਰ ਕਰਕੇ ਭੈਣ ਜੀ ਬੁਰਾ ਹਾਲ ਹੋ ਗਿਆ ਜੇ, ਤੇ ਹੁਣ ਵੋਟੀ ਮਗਰ ਪਈ ਆ। ਆ ਤੁਹਾਡਾ ਮਕਾਨ ਆ, ਕੀ ਤੁਹਾਡਾ ਮਕਾਨ ਆ? 50 ਗਜ਼ ਦਾ ਤੁਹਾਡਾ ਮਕਾਨ ਨਹੀਂ ਹੈਗਾ, ਇਹਨੂੰ ਵੇਚ ਕੇ ਬੈਂਕੋ ਲੋਨ ਲੈ ਕੇ ਤੇ ਵੱਡਾ ਮਕਾਨ ਲਓ। ਮੇਰੇ ਰਿਸ਼ਤੇਦਾਰਾਂ ਦਾ ਵੀ ਵੱਡਾ ਮਕਾਨ ਹੈਗਾ, ਕੋਠੀਆਂ ਹੈਗੀਆਂ, ਮੈਂ ਕਿਹੜੇ ਮੂੰਹ ਨਾਲ ਜਾਵਾਂ? ਨਹੀਂ ਤੁਸੀਂ ਸਮਝਾਉਂਦੇ ਨਹੀਂ ਉਹਨੂੰ ਕੁਛ? ਭੈਣ ਜੀ ਸਮਝਾਉਂਦੀ ਤਾਂ ਮੈਂ ਬਥੇਰਾ ਹੈਗੀ ਹਾਂ, ਪਰ ਉਹ ਸਮਝਦੇ ਨਹੀਂ, ਜਿੱਦੀ ਕਰੀ ਜਾਂਦੀ। ਹਾਰ ਕੇ ਭੈਣ ਜੀ ਮੈਨੂੰ ਚੁੱਪ ਕਰਨਾ ਪੈਂਦਾ, ਕੀ ਕਰਾਂ? ਮੈਂ ਆਪਣੇ ਇੱਕ ਪੁੱਤ ਦੇ ਮੂੰਹ ਵੱਲ ਵਹਿੰਦੀ ਹਾਂ। ਤੇ ਚੁੱਪ ਕਰਨ ਵਾਲੀ ਗੱਲ ਹੈ, ਹੋਰ ਕੀ ਕਰਨਾ? ਜਦੋਂ ਮੰਨਣਗੀਆਂ ਨਹੀਂ ਤਾਂ ਫਿਰ ਆਪਾਂ ਹੀ ਚੁੱਪ ਕਰਨਾ, ਜੇ ਮੰਨ ਜਾਣਗੀਆਂ ਤਾਂ ਘਰ ਤਰ ਜੂਗਾ, ਨਹੀਂ ਮੰਨਣਗੀਆਂ ਤਾਂ ਫਿਰ ਡੁੱਬ ਜਾਂਦਾ। ਭੈਣ ਜੀ ਜੇ ਕੋਈ ਪੈਸੇ ਦੇ ਕੇ ਜਾਂਦਾ ਤਾਂ ਪਿੱਕ, ਮੈਂ ਨਹੀਂ ਕਹਿੰਦੀ ਕਿ ਤੇਰੇ ਪੇਕਿਆਂ ਦੇ ਪੈਸੇ ਤੂੰ ਮੈਨੂੰ ਦੇ, ਮੈਂ ਕਹਿੰਦੀ ਸਾਂਭ ਕੇ ਰੱਖ। ਜਦੋਂ ਪੈਸੇ ਦੇ ਕੇ ਜਾਂਦੇ ਬਸ ਭੈਣ ਜੀ ਲੈ ਕੇ ਅਤੇ ਚਲੇ ਜਾਂਦੀ ਹੈ, ਕਦੀ ਕਹਿੰਦੀ ਬੈਂਕੋਂ ਲੋਨ ਲਓ, ਵੱਡੀ ਗੱਡੀ ਲਓ। ਮੈਂ ਦੱਸੋ ਭੈਣ ਜੀ ਕੀ ਕਰਾਂ? ਅਸੀਂ ਤਾਂ ਆਪਣੇ ਪੁੱਤ ਦੇ ਮੂੰਹ ਨੂੰ ਵੇਖਣਾ ਵੀ ਉਹਦੇ ਕੋਲ ਕੀ ਹੈਗਾ ਅਤੇ ਕੀ ਨਹੀਂ, ਤਾਂ ਅਸੀਂ ਕਿਸ ਤਰ੍ਹਾਂ ਕਹੀ? ਉਹ ਤਾਂ ਕੁਛ ਵਹਿੰਦੀਆਂ ਨਹੀਂ, ਉਹ ਖਾਲੀ ਮੂੰਹ ਪਾੜਦੀਆਂ ਵੀ ਆਹ ਚੀਜ਼ ਆ ਜੇ, ਆਹ ਚੀਜ਼ ਆ ਜੇ। ਮੈਂ ਭੈਣ ਜੀ ਬੜੀ ਪਰੇਸ਼ਾਨ ਹੋਈ ਪਈ ਜੀ। ਚਲੋ ਕੋਈ ਗੱਲ ਨਹੀਂ, ਪਰੇਸ਼ਾਨ ਨਾ ਹੋ, ਕੋਈ ਗੱਲ ਨਹੀਂ, ਸਭ ਠੀਕ ਹੋ ਜਾਏਗਾ, ਕੋਈ ਗੱਲ ਨਹੀਂ। ਮੈਂ ਕਿਹਾ ਚੱਲ ਆਪਣੀ ਧੀ ਨੂੰ ਮਿਲ ਕੇ ਆਉਂਦੀ ਹਾਂ, ਉਹਨੂੰ ਦੱਸ ਕੇ ਆਉਂਦੀ ਹਾਂ ਕਿਆ ਤੇਰੀ ਭਰਜਾਈ ਕੀ ਕਰਨ ਡਈ ਆ। ਮੰਮੀ ਮੰਮੀ ਤੁਸੀਂ? ਹਾਂ ਪੁੱਤ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਬਸ ਠੀਕ ਹੈ, ਆ ਜਾ ਬਹਿ ਜਾ। ਹਾਂਜੀ ਤੁਸੀਂ ਸਭ ਠੀਕ ਤੇ ਹੈ ਨਾ? ਹਾਂ ਮੈਨੂੰ ਤਾਂ ਵਾਹਵਾ ਦੇਰ ਹੋ ਗਈ ਆਈ ਨੂੰ। ਅੱਛਾ। ਹਾਂ ਤੇ ਮੇਰਾ ਤਾਂ ਹੁਣ ਬਸ ਜਾਣ ਦਾ, ਜਾਵਾਂ ਮੈਂ। ਤੇ ਬਹਿ ਜਾ ਥੋੜ੍ਹੀ ਦੇਰ। ਨਾ ਪੁੱਤ। ਗੱਲ ਕੀ ਹੋਈ ਹੈ? ਗੱਲ ਤਾਂ ਪੁੱਤ ਮੈਨੂੰ, ਮੈਂ ਭੈਣ ਜੀ ਨੂੰ ਸਾਰੀ ਦੱਸਦੀ। ਪਰੇਸ਼ਾਨ ਹੈ ਬਹੁਤ ਮੰਮੀ ਤੁਹਾਡੇ। ਤੇਰੀ ਭਰਜਾਈ ਬਹੁਤ ਤੰਗ ਕਰਦੀ ਪਈ ਹੈ ਤੇਰੇ ਭਰਾ ਨੂੰ, ਬਸ ਜਿਹੜੀ ਚੀਜ਼ ਆ ਆ ਪੇਕੇ ਥੋੜ੍ਹੇ ਬਹੁਤੇ ਮਾੜੇ ਮੋਟੇ ਉਹਦੇ ਅਮੀਰ ਮਾੜੇ ਜਿਹੇ ਹੈਗੇ ਸਾਡੇ ਨਾਲ ਤਾਂ ਆ, ਤੇ ਜਾਣ ਹੀ ਖਾਈ ਜਾ ਤੇਰੇ ਵੀਰੇ ਦੀ ਦੁਕਾਨ ਵੇਚਤੀ ਉਹਨੇ। ਹੈਂ? ਹਾਂ ਉਹਨੂੰ ਕਹਿੰਦੀ ਸ਼ੋਰੂਮ ਪਾ, ਮੇਰੇ ਰਿਸ਼ਤੇਦਾਰ ਅਮੀਰ ਹੈਗੇ ਆ। ਲੈ ਦੱਸ ਉਹਨੂੰ ਅਕਲ ਨਹੀਂ ਹੈਗੀ ਕਿ ਸਹੁਰਿਆਂ ਦੇ ਹਿਸਾਬ ਨਾਲ ਢਲਣਾ ਪੈਂਦਾ ਵਾ, ਜਿਸ ਤਰ੍ਹਾਂ ਸਹੁਰੇ ਆ ਉਤਰਾ ਹੀ ਕਰਨਾ ਪੈਂਦਾ ਵਾ।
ਹੋਰ ਇੱਥੋਂ ਤੱਕ ਕੰਧੀਆਂ ਮਕਾਨ ਵੀ ਵੇਚੋ, ਵੱਡੀ ਕੋਠੀ ਰਹੋ ਜਿੱਥੇ ਮੇਰੇ ਪੇਕੇ ਹੈਗੇ ਆ, ਮੈਂ ਉੱਥੇ ਲੈਣੀ ਕੋਠੀ, ਆ ਨਿੱਕੀ ਜਿਹੀ ਝੁਰਨੀ 'ਚ ਮੇਰੇ ਕੋਲ ਨਹੀਂ ਰਿਹਾ ਜਾਂਦਾ। ਅਤੇ ਉਹਨੂੰ ਕਹਿਣਾ ਸੀਗਾ ਕਿ ਪੇਕਿਆਂ ਨੂੰ ਹੀ ਕਹਿ ਉਹ ਲੈ ਦਿੰਦੇ ਫਿਰ ਤੈਨੂੰ ਮਕਾਨ। ਨਾ ਪੁੱਤ, ਆਪਾਂ ਨਹੀਂ ਕਹਿਣਾ, ਹੋਰ ਕੀ ਆ, ਕਰਜ਼ੇ 'ਚ ਕਰਜ਼ਾ ਚੜ੍ਹਾਈ ਜਾਣ ਡੀ ਮੁੰਡੇ ਦੇ ਸਿਰ 'ਤੇ। ਮੰਮੀ ਤੁਸੀਂ ਨਾ ਟੈਨਸ਼ਨ ਨਾ ਲਓ, ਮੈਂ ਆਉਂਦੀ ਹਾਂ ਨਾ, ਇਹਨੂੰ ਦੱਸਦੀ ਪਤਾ ਮੈਂ ਕਰੀ ਕੀ ਜਾਂਦੀ ਆਪਣੇ ਆਪ ਨੂੰ ਜੋ ਉਹਦੀ ਮਹਾਰਾਣੀ ਸਮਝਦੀ। ਚਲੋ ਭੈਣ ਜੀ ਮੈਂ ਜਾਵਾਂ। ਰਹੋ ਤੁਸੀਂ ਰਾਤ ਰਹਿ ਜਾਓ। ਨਾ ਭੈਣ ਜੀ, ਕਿੱਥੇ ਜਾਣਾ, ਤੁਹਾਡੀ ਦੁਕਾਨ ਵਿੱਚ ਹੀ ਹੈ ਨਾ, ਉਹ ਥੋੜ੍ਹਾ ਬਹੁਤਾ ਕੋਈ ਪੇਪਰ ਪੁਪਰ ਸਾਈਨ ਕਰਨ ਵਾਲੇ ਸੀ, ਅਤੇ ਮੈਨੂੰ ਮੁੰਡਾ ਕਹਿੰਦਾ ਸੀ ਲਾਗੇ ਮੰਮੀ ਦੀਦੀ ਦਾ ਘਰ ਤੁਸੀਂ ਹੋਵੋ, ਅਤੇ ਮੈਂ ਆ ਗਈ ਹਾਂ। ਚਲੋ ਪਰੇਸ਼ਾਨੀ ਨਾ ਲਾਓ, ਠੀਕ ਹੋ ਜਾਏਗਾ, ਜਾਓ ਕਰੋ ਜਿਹੜੇ ਕੰਮ ਕਰ। ਚਲੋ ਭੈਣ ਜੀ, ਕਰਨੇ ਹੀ ਪੈਣੇ, ਜੇ ਸਮਝਣ ਵਾਲੀਆਂ ਹੋਣਗੀਆਂ ਤਾਂ ਸਮਝ ਜਾਣਗੀਆਂ, ਬਸ ਪੈਸਾ ਹੀ ਜਾੜੀ ਜਾਂਦੀ ਸੀ ਉਹ। ਚੱਲ ਕਰ, ਟੈਨਸ਼ਨ ਨਾ ਲਓ, ਮੈਂ ਆਵਾਂਗੀ ਫਿਰ। ਚੱਲ ਠੀਕ ਆ, ਚੰਗਾ ਭੈਣ ਜੀ। ਚੰਗਾ ਭੈਣ ਜੀ, ਮੈਂ ਫਿਰ ਆਵਾਂਗੀ ਜ਼ਰੂਰ ਜੀ। ਵੈਸੇ ਭੈਣ ਜੀ ਮਨ ਭਰਿਆ ਸੀ ਤੁਹਾਡੇ ਨਾਲ ਗੱਲ ਕਰ। ਕੋਈ ਗੱਲ ਨਹੀਂ ਭੈਣ ਜੀ, ਕੋਈ ਗੱਲ ਨਹੀਂ, ਚੰਗਾ ਕੀਤਾ ਜੀ, ਕੋਈ ਗੱਲ ਨਹੀਂ, ਤੁਸੀਂ ਜਦੋਂ ਤੁਹਾਡਾ ਦਿਲ ਕਰਿਆ ਆ ਜਾਇਆ ਕਰੋ। ਕਿਰਨ, ਆਪਣੀ ਭਰਜਾਈ ਨੂੰ ਕੋਈ ਮਾੜੀ ਚੰਗੀ ਗੱਲ ਨਾ ਕਰੀ, ਤੈਨੂੰ ਪਤਾ ਫਿਰ ਮੂੰਹ ਸਿਰੋਂ ਬੋਲਦੀ ਨਹੀਂ ਹੈਗੀ ਉਹ। ਤੁਸੀਂ ਟੈਨਸ਼ਨ ਨਾ ਲਓ, ਮੈਂ ਆਪੇ ਸਾਂਭ ਲਾਂਗੀ। ਚਲੋ ਠੀਕ ਆ, ਚੰਗਾ ਪੁੱਤ, ਚੰਗਾ। ਚਲ, ਮੇਰੀ ਧੀ ਬੜੀ ਸਿਆਣੀ ਆ, ਸਾਰਾ ਘਰ ਸਮਝਦਾਰੀ ਨਾਲ ਚੱਲਦੀ ਹੈ। ਇੱਕ ਮੇਰੇ ਕਰਮਾਂ 'ਚ ਸੀ ਸਾਨੂੰ ਚਿੜੀ ਪੈ ਗਈ, ਖਰਚੀ ਕਰਦੀ ਰਹਿੰਦੀ ਹੈ, ਖਰਚੀ ਕਰਦੀ ਰਹਿੰਦੀ। ਦੱਸ ਵੇਖਿਆ ਮੰਮੀ ਕਿਤਨਾ ਕੁਈਨ ਜੀ ਬਣੀ ਆ, ਕਿਤਨਾ ਪੈਸੇ ਵੇਸਟ ਕਰਨ ਦੀ ਆ। ਥੋੜ੍ਹੇ ਆਪਣੇ ਆਪ ਨੂੰ ਵੀ ਹੱਥ ਪੱਲਾ ਵੇਖਣਾ ਚਾਹੀਦਾ ਵਾ ਕਿ ਪੈਸੇ ਜੇ ਆਪਾਂ ਸਾਂਭ ਕੇ ਰੱਖਾਂਗੇ ਤਾਂ ਅੱਗੇ ਜਾ ਕੇ ਕੰਮ ਆਉਣਗੇ। ਕਿਤਨਾ ਪੇਕਿਆਂ ਦੀ ਧੌਂਸ ਦੇਣਦੀ ਆ ਕਿ ਮੇਰੇ ਪੇਕਿਆਂ ਲਾਗੇ ਕੋਠੀ ਪਾ, ਦੁਕਾਨ ਵਕਾਤੀ ਆ, ਫਾਲਤੂ ਖਰਚੇ ਕਰਨ ਦੀ ਆ, ਇਹ ਸਭ ਕੁਛ ਠੀਕ ਆ? ਤੁਸੀਂ ਆਪ ਮੈਨੂੰ ਦੱਸੋ। ਤੂੰ ਕੀ ਕਰਦੀ ਪਈ, ਤੂੰ ਵੀ ਤਾਂ ਉਹ ਕੁਛ ਕਰਦੀ ਪਈ ਆ। ਤੇਰੀ ਮੰਮੀ ਪੈਸੇ ਦੇ ਗਈ, ਚੁੱਕ ਕੇ ਪੈਸੇ ਬਾਜ਼ਾਰ ਤੁਰ ਪਈ, ਮੈਂ ਵਾਲ ਬੋਲ ਨਹੀਂ ਕਰਾਉਣੇ ਆ, ਮੈਂ ਸੂਟ ਲੈ ਕੇ ਆਉਣੇ ਆ, ਮੈਂ ਜੁੱਤੀ ਲੈ ਕੇ ਆਉਣੀ ਆ। ਤੂੰ ਵੀ ਕੋਈ ਪੈਸਾ ਬਚਾਉਣੀ ਆ, ਤੂੰ ਵੀ ਤਾਂ ਉਹ ਕੁਛ ਹੀ ਕਰਦੀ ਪਈ ਜੋ ਕੁਛ ਤੇਰੀ ਭਰਜਾਈ ਕਰਦੀ ਆ, ਤੂੰ ਕਿਹੜੀ ਘੱਟ ਆ? ਪਰ ਮੈਂ ਕਦੋਂ ਤੁਹਾਨੂੰ ਕਿਹਾ ਕਿ ਘਰ ਵੇਚੋ, ਦੁਕਾਨਾਂ ਵੇਚੋ? ਮੈਂ ਤਾਂ ਕਦੀ ਨਹੀਂ ਤੁਹਾਨੂੰ ਕਿਹਾ। ਤੇ ਚੱਲ ਅੱਜ ਜੇ ਆਹ ਕੁਛ ਕੀਤਾ, ਕੱਲ੍ਹ ਨੂੰ ਕਹਿ ਦੇਂਗੀ ਦੁਕਾਨਾਂ ਵੇਚੋ, ਤੂੰ ਵੀ ਕਹਿ ਦੇਂਗੀ ਘਰ ਵੇਚੋ। ਮਾਂ ਤੇਰੀ ਵੇਖ ਲਾ ਕਿੰਨੀ ਪਰੇਸ਼ਾਨ ਹੈ, ਤੇ ਵੇਖ ਲਓ ਉਸ ਤਰ੍ਹਾਂ ਕਰਨਾ ਕਿੰਨਾ ਕੁਛ ਖਰਾਬ ਹੁੰਦਾ, ਜੇ ਰਿਸ਼ਤੇਦਾਰੀ ਖਰਾਬ ਹੋ ਜਾਂਦੀ ਸਾਰੀ, ਤਾਂ ਤੂੰ ਵੀ ਉਹ ਕੁਛ ਕਰਨ ਡਈ। ਅੱਜ ਤੇਰੀ ਮਾਂ ਦੀ ਗੱਲ ਆਈ ਹੈ ਤਾਂ ਤੈਨੂੰ ਸੋਚਣਾ ਪੈ ਗਿਆ, ਸੋਚਦੀ ਪਈ ਹੈ ਤੂੰ ਵੀ ਇਸ ਤਰ੍ਹਾਂ ਕਿਉਂ ਹੋਇਆ। ਤਾਂ ਤੂੰ ਵੀ ਤਾਂ ਪੋਤੇ ਇਹੋ ਕਰਦੀ ਹੈ, ਬਾਹਰੋਂ ਰੋਟੀ ਮੰਗਾ ਲੈਂਦੀ ਹੈ, ਕਦੀ ਹੋਟਲ 'ਚ ਜਾ ਕੇ ਖਾ ਆਉਂਦੀ ਹੈ, ਕਦੀ ਗੱਡੀ 'ਤੇ ਜਾਂਦੀ ਹੈ, ਅਨੀ ਬਾਹਰੋਂ ਖਾਣੀ ਆ, ਗੱਡੀ 'ਚ ਵੀ ਤਾਂ ਪੈਟਰੋਲ ਪੈਂਦਾ ਨਾ, ਨਹੀਂ ਗੱਡੀ ਹੈਗੀ ਬਾਹਰੋਂ ਗੱਡੀ ਮੰਗਾ ਲੈਂਦੀ ਹੈ, ਇਹ ਨਜਾਇਜ਼ ਖਰਚਾ ਹੀ ਹੈ ਨਾ, ਨਜਾਇਜ਼ ਖਰਚਾ ਕਰਨਾ ਕੋਈ ਜ਼ਰੂਰੀ ਹੈ? ਅੱਜ ਤੈਨੂੰ ਪਤਾ ਲੱਗਣ ਡਿਆ ਨਾ ਤੇਰੀ ਭਰਜਾਈ ਕਰਨ ਡਈ ਹੈ, ਤਾਂ ਤੂੰ ਵੀ ਤਾਂ ਪੁੱਤ ਉਹ ਕੁਛ ਕਰਨ ਡਈ। ਗੱਲ ਤਾਂ ਮੰਮੀ ਸਹੀ ਆ, ਤੁਸੀਂ ਬਿਲਕੁਲ ਸਹੀ ਕਹਿੰਦੇ ਜੇ, ਅੱਜ ਮੇਰੀ ਮਾਂ 'ਤੇ ਆਈ ਗੱਲ ਅਤੇ ਮੈਨੂੰ ਕਿੰਨੀ ਚੁੱਭਣਦੀ ਆ ਕਿ ਮੇਰੀ ਭਾਬੀ ਮੰਮੀ ਨਾਲ ਇਸ ਤਰ੍ਹਾਂ ਕਰਨ ਦੇ, ਅਤੇ ਮੈਂ ਵੀ ਤਾਂ ਉਹੀ ਕੁਛ ਕਰਨੀ ਆ, ਮੈਂ ਵੀ ਤਾਂ ਨਜਾਇਜ਼ ਖਰਚੇ ਕਰਨੀ ਆ, ਕਿੱਥੇ 10 ਰੁਪਏ ਲੱਗਣੇ ਸੀ ਅਤੇ ਕਿੱਥੇ 100 ਰੁਪਇਆ ਲਾ ਕੇ ਗਈ ਹਾਂ। ਤੁਹਾਡੀ ਗੱਲ ਬਿਲਕੁਲ ਸਹੀ ਆ, ਜਿੰਨਾ ਆਪਾਂ ਹੋ ਸਕੇ ਸਾਨੂੰ ਆਪਣਾ ਹੱਥ ਘੁੱਟ ਕੇ ਚੱਲਣਾ ਚਾਹੀਦਾ, ਜ਼ਰੂਰ, ਭਾਵੇਂ ਆਪਾਂ ਵਧੀਆ ਵਾਂ ਪਰ ਗਾਂ ਔਖੀ ਸੌਖੀ ਘੜੀ ਦਾ ਕੁਛ ਪਤਾ ਨਹੀਂ ਹੁੰਦਾ। ਜਿਹੜਾ ਵੀ ਕੰਮ ਕਰਨਾ ਸੋਚ ਕੇ ਕਰਨਾ, ਆਪਣੇ ਪੈਸੇ ਨੂੰ ਬਚਾ ਕੇ ਥੋੜ੍ਹੇ ਤੋਂ ਥੋੜ੍ਹਾ ਲਾਉਣ ਦੀ ਕੋਸ਼ਿਸ਼ ਕਰਨੀ। ਬਿਲਕੁਲ ਮੰਮੀ, ਸਾਨੂੰ ਨਾ ਸ਼ੋਰਟ ਟਰਮ ਨਹੀਂ ਸੋਚਣਾ ਚਾਹੀਦਾ ਕਿ ਅੱਜ ਹੈਗਾ ਵਾ ਅਤੇ ਅੱਜ ਹੀ ਸਾਰਾ ਖਰਚ ਲਓ,
ਸਾਨੂੰ ਥੋੜ੍ਹਾ ਪਤਾ ਨਾ ਫਿਊਚਰ ਵਾਸਤੇ ਵੀ ਬਚਾ ਕੇ ਰੱਖਣਾ ਚਾਹੀਦਾ। ਜੇ ਆਪਾਂ ਸੇਵਿੰਗ ਕੀਤੀ ਹੋਏਗੀ ਅੱਗੇ ਜਾ ਕੇ ਸਾਡੇ ਕੰਮ ਆ ਜੂਗੀ, ਕੋਈ ਤੰਗੀ ਨਹੀਂ ਆਊਗੀ। ਅਤੇ ਜੇ ਮੇਰੇ ਵਾਂਗ ਅੱਜ ਹੀ ਸਾਰਾ ਕੁਛ ਖਰਚ ਕਰਤਾ ਫਿਰ ਗਾਂਹ ਜਾ ਕੇ ਸਾਡੇ ਕੀ ਕੰਮ ਆਊਗਾ, ਫਿਰ ਹੱਥ ਖਾਲੀ, ਫਿਰ ਕੋਈ ਕੰਮ ਨਹੀਂ ਹੋਣਾ। ਅਤੇ ਇਸ ਤਰ੍ਹਾਂ ਕਈ ਕਰਦੇ ਵੀ ਹੋਣੇ ਆ ਸਾਡੇ ਵਾਂਗ, ਮੇਰੇ ਵਾਂਗ ਜਾਂ ਹੋਰ ਵੀ ਕੋਈ ਹੋ ਸਕਦਾ ਵਾ, ਕਿ ਜੇ ਸਾਡੇ ਕੋਲ ਪੈਸੇ ਆਏ ਅੱਜ ਬਸ ਡਾ ਫੱਕੀਆਂ ਦੋ, ਡਾ ਤੇ ਫੁਕਰੀਆਂ ਮਾਰਤੀਆਂ ਕਿ ਚਲੋ ਜੀ ਗੱਡੀ ਲੈ ਆਓ, ਚਲੋ ਜੀ ਫੋਨ ਲੈ ਆਓ। ਪਰ ਇਹ ਸਾਰਾ ਕੁਛ ਤੁਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਕਰਦੇ ਜੇ, ਪਰ ਲੋਕਾਂ ਨੂੰ ਇੰਨੀ ਤੱਤੀ ਵੀ ਪਰਵਾਹ ਨਹੀਂ ਹੁੰਦੀ ਤੁਹਾਡੀ। ਇਸ ਕਰਕੇ ਜਿੰਨਾ ਹੋ ਸਕਦਾ ਆਪਣਾ ਘਰ ਸੰਭਾਲ ਕੇ ਆਪਣਾ ਸਾਰਾ ਬਚਾ ਕੇ ਚੱਲੋ, ਤਾਂ ਕਿ ਅੱਗੇ ਜਾ ਕੇ ਤੁਹਾਡੇ ਕੰਮ ਆਉਣ। ਉਹ ਲੋਕਾਂ ਬਾਰੇ ਚਾਰ ਲੋਕ ਕੀ ਸੋਚਣਗੇ, ਉਹ ਤੁਹਾਡੇ ਬਾਰੇ ਕੁਛ ਵੀ ਨਹੀਂ ਸੋਚਦੇ। ਇਹ ਤੁਸੀਂ ਜੇ ਤੁਹਾਨੂੰ ਹੀ ਆਪਣੇ ਬਾਰੇ ਸੋਚਣਾ ਪੈਣਾ, ਹੋਰ ਕਿਸੇ ਨੇ ਨਹੀਂ ਸੋਚਣਾ। ਅਤੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ, ਸਾਡੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ, ਅਤੇ ਕਮੈਂਟਾਂ ਰਾਹੀਂ ਆਪਣਾ ਪਿਆਰ ਦਿਓ ਜੀ। ਥੈਂਕ ਯੂ ਜੀ। ਗੱਲ ਦੱਸੋ ਸਟੋਰੀ, ਤੁਹਾਨੂੰ ਪਤਾ ਵੀ ਹਾਂਜੀ, ਉਹ ਅੱਜ ਆਪਾਂ ਲਾਈਵ 'ਚ ਵੀ ਕਿਹਾ ਸੀਗਾ ਕਿ ਉਹ ਸਟੋਰੀ ਥੋੜ੍ਹੀ ਜਿਹੀ ਡਿਲੇ ਹੋ ਗਈ ਆ, ਸਾਰਿਆਂ ਅੰਦਰ ਬਾਹਰ ਗਏ ਹੋਏ ਆ ਉਸ ਕਰਕੇ, ਅਤੇ ਆਪਾਂ ਸਾਰੇ ਟੀਮ ਮੈਂਬਰਸ ਵੱਲ ਵੀ ਵੇਖਣਾ ਹੁੰਦਾ। ਅਤੇ ਉਹ ਕੋਈ ਗੱਲ ਨਹੀਂ, ਉਹਦਾ ਜਿਹੜਾ ਪਾਰਟ ਰਹਿ ਗਿਆ ਵਾ ਉਹ ਆਪਾਂ ਜਲਦੀ ਪਾ ਦੇਵਾਂਗੇ, ਅਤੇ ਉਦੋਂ ਤੱਕ ਤੁਸੀਂ ਆਹ ਵਾਲੀ ਸਟੋਰੀ ਇੰਜੋਏ ਕਰੋ। ਥੈਂਕ ਯੂ ਜੀ।